ਇਹ ਕੇਲਾ ਕਿਸ ਤਰ੍ਹਾਂ ਦਰਜਨ ਜੇ? ਮੈਂ ਕਿਹਾ ਕੇਲਾ ਕਿਸ ਤਰ੍ਹਾਂ ਦਰਜਨ ਹੈ? ਬੜਾ ਮੂਡ ਹੈ ਵੀ ਤੇਰਾ, ਤੁਸੀਂ ਹੋਰ ਰੇੜੀ ਤੋਂ ਲੈ ਲੈਣਾ, ਚੱਲ ਆ ਯਾਰ। ਓ ਬਾਬਾ, ਓਏ ਕੀ ਮਾਜਰਾ ਹੈ? ਓਏ ਅਸੀਂ ਬੁਲਾਇਆ ਸੀ ਤੇ ਬੋਲਦੀ ਨਹੀਂ ਸੀ, ਓ ਤੂੰ ਪੈਸੇ ਕਿਸ ਹਿਸਾਬ ਵਿੱਚ ਦਿੱਤੇ ਨੇ? ਮੈਂ ਕਿਹਾ ਬਟੇਰਿਆ, ਮੈਂ ਕਿਹਾ ਓ ਜਜ਼ਬਾਤੀ ਹੋ, ਓ ਮੈਂ ਧੀਆਂ ਦਾ ਪਿਓ ਆ, ਮੈਂ ਧੀਆਂ ਵਾਲਾ ਵਾ। ਆਓ ਇਸ ਕੁੜੀ ਦੇ ਮੁਤਲਕ ਮੈਂ ਤੁਹਾਨੂੰ ਦੱਸਾਂ, ਆਓ ਚਲ ਆਓ ਆਓ ਵੀ ਆਓ ਆਓ ਮੇਰੇ ਦੋਸਤੋ, ਆਓ ਮੈਂ ਤੁਹਾਨੂੰ ਦੱਸਾਂ ਇਸ ਪੱਤੀ ਦੇ ਮੁਤਲਕ। ਜੀ ਮਿਹਰਬਾਨੀ। ਇਹ ਬੱਚੀ ਬੜੀ ਮਿਹਨਤੀ, ਇੱਕ ਮੈਂ ਸੌਦਾ ਤੁਹਾਨੂੰ ਲੈਣ ਜਾ ਰਿਹਾ ਜੀ, ਜੀ ਬਾਬਾ ਜੀ ਕੀ ਚਾਹੀਦਾ ਹੈ? ਬਾਬਾ ਜੀ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਜਿਹਦੀ ਵਜ੍ਹਾ ਤੋਂ ਇਨਸਾਨ ਨੂੰ ਪੜ੍ਹਾਈ ਛੱਡਣੀ ਪੈ ਜਾਂਦੀ ਹੈ। ਜਦੋਂ ਦੇ ਮੇਰੇ ਵਾਲਦਿਆਂ ਨੇ ਮੇਰੇ ਸਿਰ ਤੇ ਮੈਨੂੰ ਪੜ੍ਹਾਈ ਛੱਡਣੀ ਪਈ ਤੇ ਇਹ ਕੰਮ ਕਰਨਾ ਪਿਆ। ਪੁੱਤਰ ਤੂੰ ਫਿਕਰ ਨਾ ਕਰ, ਜਿੰਨਾ ਤੇਰਾ ਤਲੀਮ ਦਾ ਖਰਚਾ ਆਏਗਾ ਨਾ ਉਹ ਮੈਂ ਦੇਵਾਂਗਾ, ਉਹ ਮੈਂ ਵੀ ਤੇ ਤੇਰੇ ਪਿਓ ਵਰਗਾ ਨਾ, ਤੂੰ ਫਿਕਰ ਨਾ ਕਰ। ਤੂੰ ਫਰੂਟ ਵੇਚਣਾ ਪਿਛਕ ਵੀ ਵੇਚ, ਲੇਕਿਨ ਆਪਣੀ ਸਟੱਡੀ ਜਿਹੜੀ ਹੈ ਨਾ ਬੇਟਾ ਉਹਨੂੰ ਡਰਾਪ ਨਹੀਂ ਕਰਨਾ, ਠੀਕ ਹੈ ਨਾ? ਤੇ ਤੂੰ ਪੜ੍ਹ, ਤੂੰ ਅੱਛੀ ਬੱਚੀ ਹੈ, ਤੂੰ ਮਾਸੂਮ ਬੱਚੀ ਹੈ, ਮੈਂ ਤੇਰਾ ਖਰਚਾ ਜਿਹੜਾ ਨਾ ਇੱਥੋਂ ਪੂਰਾ ਕਰਾਂਗਾ। ਬਾਬਾ ਜੀ ਤੁਸੀਂ ਬਹੁਤ ਨੇਕ ਦਿਲ ਇਨਸਾਨ ਹੋ, ਅਗਰ ਸਾਰੀ ਦੁਨੀਆ ਤੁਹਾਡੇ ਵਰਗੀ ਹੋ ਜਾਏ ਤੇ ਯਕੀਨ ਕਰੋ ਕਿਤੇ ਵੀ ਕੋਈ ਗੁਨਾਹ ਨਾ ਹੋ, ਅੱਲਾਹ ਪਾਕ ਦਾ ਤੁਹਾਨੂੰ ਅਜਰ ਦੇਗਾ। ਆਮੀਨ। ਲਓ ਜੀ ਦੋਸਤੋ, ਇਹ ਛੋਟੀ ਜਿਹੀ ਵੀਡੀਓ ਬਣਾਈਏ, ਉਮੀਦ ਹੈ ਤੁਹਾਨੂੰ ਪਸੰਦ ਆਈ ਹੋਣੀ। ਇਸ ਵੀਡੀਓ ਦਾ ਮਕਸਦ ਇਹ ਸੀ ਬਣਾਉਣ ਦਾ ਕਿ ਸਾਡੇ ਮੁਆਸ਼ਰੇ ਦੇ ਵਿੱਚ ਬਹੁਤ ਸਾਰੇ ਬੱਚੇ ਐਸੇ ਨੇ ਜਿਹੜੇ ਤਾਲੀਮ ਹਾਸਿਲ ਨਹੀਂ ਕਰ ਸਕਦੇ ਕਿਸੇ ਨਾ ਕਿਸੇ ਵਜ੍ਹਾ ਤੋਂ, ਕਿਸੇ ਮਜਬੂਰੀ ਦੀ ਵਜ੍ਹਾ ਤੋਂ। ਤੇ ਸਾਰੇ ਦੋਸਤਾਂ ਨੂੰ ਮੇਰੀ ਰਿਕੁਐਸਟ ਹੈ, ਸਾਰੇ ਦੋਸਤਾਂ ਨੂੰ ਮੇਰੀ ਦਰਖਾਸਤ ਹੈ ਕਿ ਐਸੇ ਬੱਚੇ ਜਿਹੜੇ ਤੁਹਾਡੇ ਕਰੀਬ ਕਰੀਬ ਹੈਗੇ ਨੇ, ਜਿਹੜੇ ਤੁਹਾਡੇ ਜਾਣਨ ਵਾਲੇ ਨੇ, ਤੁਹਾਡੇ ਮਾਲਿਆਂ ਦੇ ਵਿੱਚ ਹੈਗੇ ਨੇ, ਤੁਹਾਡੇ ਪਿੰਡਾਂ ਦੇ ਵਿੱਚ ਹੈਗੇ ਨੇ, ਕਿਸੇ ਵਜ੍ਹਾ ਤੋਂ ਤਾਲੀਮ ਹਾਸਿਲ ਨਹੀਂ ਕਰ ਸਕਦੇ, ਕਿਸੇ ਦੇ ਮਾਂ ਪਿਓ ਫੌਤ ਹੋ ਜਾਂਦੇ ਨੇ, ਜਾਂ ਕੋਈ ਗਰੀਬ ਹੈਗੇ ਨੇ ਅਫੋਰਡ ਨਹੀਂ ਕਰ ਸਕਦੇ, ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਉਹਨਾਂ ਦੀ ਹੈਲਪ ਕਰੋ, ਉਹਨਾਂ ਦੀ ਮਦਦ ਕਰੋ। ਬਾਜ਼ ਬੱਚੇ ਇਤਨੇ ਕੁ ਲਾਇਕ ਹੁੰਦੇ ਨੇ, ਇਤਨੇ ਕੁ ਲਾਇਕ ਹੁੰਦੇ ਨੇ ਔਰ ਉਹਨਾਂ ਨੂੰ ਤਾਲੀਮ ਦਾ ਸ਼ੌਕ ਵੀ ਹੁੰਦਾ ਹੈ, ਲੇਕਿਨ ਆਪਣੀਆਂ ਕਈ ਮਜਬੂਰੀਆਂ ਦੀ ਵਜ੍ਹਾ ਤੋਂ ਉਹ ਤਾਲੀਮ ਹਾਸਿਲ ਨਹੀਂ ਕਰ ਪਾ ਰਹੇ ਹੁੰਦੇ। ਤੇ ਸਾਡੇ ਇਰਦ ਗਿਰਦ ਬਹੁਤ ਐਸੇ ਬੱਚੇ ਨੇ ਜਿਹਨਾਂ ਵਾਸਤੇ ਅਸੀਂ ਤੁਸੀਂ ਬਹੁਤ ਕੁਛ ਕਰ ਸਕਦੇ ਹਾਂ। ਤੇ ਮੇਰੇ ਭਾਈਓ,
ਮੇਰੇ ਦੋਸਤੋ, ਜਿੰਨਾ ਕੁ ਪੜ੍ਹਨ ਵਾਲੇ ਬੱਚਿਆਂ ਵਾਸਤੇ ਕਰ ਸਕਦੇ ਹੋ ਇਹ ਜ਼ਰੂਰ ਕਰੋ। ਅੱਲਾ ਪਾਕ ਤੁਹਾਨੂੰ ਇਹਦਾ ਬਹੁਤ ਅਜਰ ਦੇਵੇਗਾ ਔਰ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ। ਬਹੁਤ ਸ਼ੁਕਰੀਆ, ਮਿਹਰਬਾਨੀ।